ਸਮਾਧ ਪੁਆਤਮੜੀ ਜਠੇਰੇ ਬਸਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਕੁਲਦੀਪ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਜਠੇਰਿਆਂ ਦੇ ਅਸਥਾਨ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੋਈ। ਮੀਟਿੰਗ ਦੌਰਾਨ ਜਿੱਥੇ ਕਿ ਦੀਵਾਲੀ ਦਾ ਤਿਉਹਾਰ ਅਤੇ ਸਾਲਾਨਾ ਛਿੰਝ ਮੇਲਾ ਕਰਵਾਉਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ, ਉੱਥੇ ਕਮੇਟੀ ਵੱਲੋਂ ਛਿੰਝ ਮੇਲਾ ਕਰਵਾਉਣ ਵਾਲੀ ਗਰਾਊਂਡ ਦਾ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 24 ਅਕਤੂਬਰ ਨੂੰ ਜਠੇਰਿਆਂ ਦੇ ਅਸਥਾਨ 'ਤੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ, ਉੱਥੇ ਹੀ 25 ਅਕਤੂਬਰ ਨੂੰ ਸਾਲਾਨਾ ਛਿੰਝ ਮੇਲਾ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਛਿੰਝ ਮੇਲੇ ਦੌਰਾਨ ਪ੍ਰਿਤਪਾਲ ਫਗਵਾੜਾ ਤੋਂ ਇਲਾਵਾ ਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੀਆਂ। ਜੇਤੂ ਪਹਿਲਵਾਨਾਂ ਨੂੰ ਦਿਲ ਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਸਮੂਹ ਇਲਾਕਾ ਵਾਸੀਆਂ ਅਤੇ ਬਸਰਾ ਗੋਤ ਨਾਲ ਸੰਬੰਧਿਤ ਪਰਿਵਾਰਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ 'ਤੇ ਹਰਮਿੰਦਰ ਸਿੰਘ ਬਸਰਾ, ਗੁਰਪ੍ਰੀਤ ਸਿੰਘ ਬਸਰਾ, ਪਰਮਜੀਤ ਸਿੰਘ ਬਸਰਾ, ਗੁਰਚਰਨ ਸਿੰਘ ਬਸਰਾ, ਗੁਰਵਿੰਦਰ ਸਿੰਘ ਬਸਰਾ, ਮਨੋਹਰ ਸਿੰਘ ਬਸਰਾ, ਹਰਜੀਤ ਸਿੰਘ ਬਸਰਾ, ਬਲਕੌਰ ਸਿੰਘ ਬਸਰਾ, ਮਨਪ੍ਰੀਤ ਸਿੰਘ ਬਸਰਾ, ਗੁਰਵਿੰਦਰ ਸਿੰਘ ਬਸਰਾ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਵੀ ਮੌਜੂਦ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਸਾਰੀ ਸਾਧ ਸੰਗਤ ਨੂੰ ਬੇਨਤੀ ਆ ਜੀ ਕਿ ਮਹਾਨ ਭੂਆ ਧੰਬੜੀ ਇਹ ਆਪਣੇ ਦਿਵਾਲੀ ਦੇ ਦਿਨ ਆ ਰਹੇ ਆ, ਜਿਸ ਦੇ ਸਾਰੇ ਸਹਿਯੋਗ ਦੇ ਨਾਲ ਸ਼ਹਿਰ ਵਾਸੀਆਂ ਅਤੇ ਬਸਰਾ ਪਰਿਵਾਰ ਸਾਰੇ ਮਿਲ ਜੁਲ ਕੇ ਇੱਥੇ ਛਿੰਝ ਦਾ ਵੀ ਕਾਰੋਬਾਰ ਅਸੀਂ ਸਾਰੇ ਪਰਿਵਾਰ ਕਰਾਉਂਦੇ ਹਾਂ, ਜਿਨ੍ਹਾਂ ਦੇ ਵਿੱਚ ਰੰਗ ਟੀ ਵੀ ਵਾਲੇ ਐੱਚ ਐੱਸ ਬਸਰਾ ਸਾਹਿਬ, ਇਹਨਾਂ ਦੇ ਭਰਾ ਕਨੇਡਾ ਬੈਠੇ ਆਪਣੇ ਪ੍ਰਧਾਨ ਜੀ ਅਕਾਲੀ ਗੁਰਦੁਆਰੇ ਦੇ, ਸੁਖਵੰਤ ਸਿੰਘ ਜੀ ਪ੍ਰਧਾਨ ਅਤੇ ਸੁਰਜੀਤ ਸਿੰਘ ਜੀ ਕਨੇਡੀਅਨ, ਅਤੇ ਇਹਨਾਂ ਦੀ ਕਮਾਂਡ ਦੇ ਥੱਲੇ ਜੀ ਬਹੁਤ ਇਹਨਾਂ ਦਾ ਸਹਿਯੋਗ ਆ ਸਾਨੂੰ ਸਾਰਿਆਂ ਨੂੰ, ਇਹਨਾਂ ਦੇ ਸਹਿਯੋਗ ਦੇ ਨਾਲ ਜੀ ਇਹ ਕਾਰੋਬਾਰ ਜਿਹੜਾ ਭੂਆ ਧੰਬੜੀ ਦਾ ਚੱਲ ਰਿਹਾ ਆ। ਅਸੀਂ ਆਸ ਤੱਕਦੇ ਹਾਂ ਵੀ ਜਿਸ ਤਰ੍ਹਾਂ ਕਿ ਸਹਿਯੋਗ ਦਿੰਦੇ, ਇਸ ਤਰ੍ਹਾਂ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹ ਭੂਆ ਦੇ ਹੁਣ ਮੰਦਰ ਵੀ ਬਹੁਤ ਸੋਹਣੇ ਬਣ ਰਹੇ ਆ ਜੀ, ਸ਼ਹਿਰ ਦੇ ਹਾਲ ਅਖੰਡ ਪਾਠ ਸਾਹਿਬਾਂ ਨੇ ਵੀ ਬਣਾਇਆ ਇਹਨਾਂ ਨੇ, ਅਤੇ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਚਾਹੀਦਾ ਜੀ ਹੋਵੇ, ਅਤੇ ਰਲ ਮਿਲ ਕੇ ਅਸੀਂ ਇਸ ਘਰ ਦੀ ਭੂਆ ਧੰਬੜੀ ਸਮਾਧ ਦੀ ਸੇਵਾ ਕਰ ਸਕੀਏ। ਹਾਂਜੀ, ਬੇਨਤੀ ਹੈ ਜੀ ਵੀ ਐਸੇ ਮਹੀਨੇ ਦੇ ਵਿੱਚ, ਪਹਿਲਾਂ ਤਾਂ ਦਿਵਾਲੀ ਦਾ ਇਤਿਹਾਸ 24 ਤਰੀਕ ਨੂੰ ਆ ਰਿਹਾ ਆ, ਬਹੁਤ ਹੁੰਮ ਹੁਮਾਕੇ ਸਾਰੇ ਪਰਿਵਾਰਾਂ ਨੇ ਪਰਮਾਤਮਾ ਦੀ ਕਿਰਪਾ ਦੇ ਨਾਲ ਮਨਾਉਣਾ ਹੈ, ਅਤੇ ਦੂਜੇ ਦਿਨ ਦਿਵਾਲੀ ਦਾ ਤਿਉਹਾਰ ਜਿਹੜਾ ਆ ਆਪਣੇ ਛਿੰਝ ਦਾ ਤਿਉਹਾਰ ਆ ਉਹ 25 ਤਰੀਕ ਨੂੰ ਇਹ ਬਸਰਾ ਪਰਿਵਾਰ ਅਤੇ ਸਾਰੇ ਰਲ ਮਿਲ ਕੇ ਸ਼ਹਿਰ ਦੇ ਪਕਵਾਨ ਅਤੇ ਸਹਿਯੋਗ ਸਾਰਿਆਂ ਦਾ ਦੇ ਕੇ, ਅਤੇ ਬਹੁਤ ਵੱਡਾ ਭਲਵਾਨ ਪ੍ਰਿਤਪਾਲ ਜੀ ਫਗਵਾੜਾ ਪਟਕੇ 'ਤੇ ਆ ਰਹੇ ਆ, ਹੋਰ ਕਾਫੀ ਨਾਮੀ ਭਲਵਾਨ ਜਿਹੜੇ ਆ ਸਾਰੇ ਆਉਣ ਡਏ ਆ ਜੀ। ਇਹ ਬਸਰਾ ਪਰਿਵਾਰ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੁਰਜੀਤ ਸਿੰਘ ਕਨੇਡੀਅਨ ਅਤੇ ਕਨੇਡਾ ਬੈਠੇ ਸੁਖਵੰਤ ਸਿੰਘ ਜੀ ਪ੍ਰਧਾਨ, ਹਰਵਿੰਦਰ ਸਿੰਘ ਜੀ ਬਸਰਾ, ਇਹਨਾਂ ਦਾ ਬਹੁਤ ਬਹੁਤ ਪਰਿਵਾਰ ਦਾ ਸਾਰਿਆਂ ਨੂੰ ਸਹਿਯੋਗ ਆ ਜੀ, ਪਰਿਵਾਰਾਂ ਨੂੰ, ਅਤੇ ਇਹਨਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਇਹ ਕਾਰੋਬਾਰ ਚੱਲ ਰਹੇ ਆ। ਪਰਮਾਤਮਾ ਇਹਨਾਂ ਨੂੰ ਬਹੁਤ ਬਹੁਤ ਬਲ ਦੇਵੇ, ਇਹਨਾਂ ਨੂੰ ਬੁੱਧੀ ਦੇਵੇ ਅਤੇ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।